ਕੱਟ ਆਵ ਕੱਟ ਦੂ ਗਰਖਣਾ ਇੱਕ ਨਿਰਗੁਣ ਬੈਲ ਹਮਾਰ ਰਮਈਏ ਸوں ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁrar ਨੌਕਰੀਆਂ ਕਰ ਲੀਆਂ ਤੇ ਨੌਕਰੀਆਂ ਕਰਦੇ ਮੋਟੀਆਂ ਤਨਖਾਹਾਂ ਵੀ ਲੈ ਲੀਆਂ ਫਿਰ ਮੋਟੀਆਂ ਪੈਨਸ਼ਨਾਂ ਵੀ ਲੱਗੀਆਂ ਜੇ ਉਹਨਾਂ ਨੂੰ ਪੁੱਛੋ ਵੀ ਹੁਣ ਤੁਸੀਂ ਕੀ ਕਰਦੇ ਹੋ ਮੈਂ ਤਾਂ ਜੀ ਬਸ ਹੁਣ ਵਿਹਲਾ ਹੀ ਹੁਣਾ ਪਾ ਕੁੱਤਾ ਰੱਖਿਆ ਸਵੇਰ ਸ਼ਾਮ ਉਹਦੀ ਸਾਇਦ ਕਰਾ ਲਿਆ ਲਿਆਦੀ ਆ ਬਾਰ-ਬਾਰ ਗੁਰਪਾਣੀ ਦੇ ਵਿੱਚ ਆਪਣੇ ਆਪ ਨੂੰ ਜਿੰਨਾ ਮਹਾਪੁਰਸ਼ਾਂ ਦੀ ਬਾਣੀ ਹੈ ਉਹ ਆਪਣੇ ਆਪ ਨੂੰ ਨਿਰਗੁਣ ਕਹਿ ਰਹੇ ਨੇ ਵੀ ਮੇਰੇ ਵਿੱਚ ਕੋਈ ਗੁਣ ਨਹੀਂ ਹੈ ਆਕਾਲ ਪੁਰਖ ਵੈਗੁਰ ਪਰਮੇਸ਼ਰ ਮੈਂ ਤੈਨੂੰ ਮਿਲਣ ਲਈ ਨਿਕਲਿਆ ਹਾਂ ਤੇਰੀ ਭਾਲ ਦੇ ਵਿੱਚ ਨਿਕਲਿਆ ਹਾਂ ਆਪਣੇ ਸਮਾਜ ਦੇ ਹੱਕਾਂ ਅਧਿਕਾਰਾਂ ਦੀ ਲੜਾਈ ਲੜਨ ਦੇ ਲਈ ਬੇਨਤੀ ਕਿਹਦੇ ਅੱਗੇ ਕਰ ਰਹੇ ਨੇ ਸਤਿਗੁਰੂ ਦਾਸਾ ਜੀ ਆਹ ਸੋਚਣ ਵਾਲੀ ਵਿਚਾਰਨ ਵਾਲੀ ਗੱਲ ਆ ਕਿ ਸਤਿਗੁਰੂ ਰਬਦਾਹ ਜੀ ਮਹਾਰਾਜ ਕਿਹਦਾ ਊਟ ਆਸਰਾ ਲੈ ਰਹੇ ਨੇ ਕੀ ਊਟ ਉਹਦਾ ਉਹ ਊਟ ਆਸਰਾ ਲੈ ਰਹੇ ਨੇ ਜਿਹੜਾ ਅਸੀਂ ਅੱਜ ਕੱਲ ਲੈ ਰਹੇ ਹਾਂ ਜਗਾ ਜਗਾ ਤੇ ਜਾ ਕੇ ਨਾ ਕਿਉਂਕਿ ਜਿਸ ਤਰ੍ਹਾਂ ਲੋਕ ਬਿਜ਼ਨਸ ਕਰਨ ਨਿਕਲੇ ਨੇ ਮੈਂ ਵੀ ਇੱਕ ਵਪਾਰ ਇੱਕ ਬਿਜ਼ਨਸ ਕਰਨ ਦੇ ਲਈ ਨਿਕਲਿਆ ਘਰ ਦੇ ਵਿੱਚੋਂ ਉਹ ਮਾਇਆ ਦਾ ਵਪਾਰ ਕਰ ਰਹੇ ਨੇ ਮੈਂ ਲੋਕਾਂ ਦੇ ਹੱਕਾਂ ਦੇ ਅਧਿਕਾਰਾਂ ਦੀ ਲੜਾਈ ਦਾ ਵਪਾਰ ਕਰ ਰਿਹਾ ਹਾਂ ਇਹਦੇ ਵਿੱਚ ਨਾ ਤਾਂ ਅਸੀਂ ਕੋਈ ਅੱਖਾਂ ਮੀਚ ਕੇ ਬੈਠਣਾ ਨਾ ਅਸੀਂ ਕਿਸੇ ਮੂਰਤੀ ਦੇ ਅੱਗੇ ਜਾਂ ਜਿਵੇਂ ਕਿਸੇ ਦੀਵੇ ਦੇ ਦੀ ਲੋ ਦੇ ਉੱਤੇ ਧਿਆਨ ਟਿਕਾਉਣਾ ਨਾ ਮੂਰਤੀ ਤੇ ਧਿਆਨ ਟਿਕਾਉਣਾ ਨਾ ਅਸੀਂ ਕਿਸੇ ਤੀਰਥਾਂ ਤੇ ਜਾਣਾ ਉਹਨਾਂ ਤੇ ਧਿਆਨ ਧਰਨਾ ਆਪਣਾ ਇਹ ਅਸੀਂ ਜੈਸੇ ਜਿਸ ਹਾਲਾਤ ਦੇ ਵਿੱਚ ਅਸੀਂ ਪੈਦਾ ਹੋਏ ਹਾਂ ਜਿਸ ਅਵਸਥਾ ਦੇ ਵਿੱਚ ਉਹਨੂੰ ਕਾਇਮ ਰੱਖਣਾ ਉਹਦੇ ਲਈ ਸਾਨੂੰ ਅੱਖਾਂ ਮੀਚਣ ਦੀ ਲੋੜ ਨਹੀਂ ਕੋਈ ਹੋਰ ਕਰਮਕਾਂਡ ਕਰਨ ਦੀ ਲੋੜ ਨਹੀਂ ਕੇਵਲ ਤੇ ਕੇਵਲ ਜਿਸ ਹਸਤ ਵਸਤਾ ਦੇ ਵਿੱਚ ਸਾਨੂੰ ਉਸ ਅਕਾਲ ਪੁਰਖ ਵਹਿਗੁਰੂ ਪਰਮੇਸ਼ਰ ਨੇ ਪੈਦਾ ਕੀਤਾ ਹੈ ਉਹਦੇ ਵਿੱਚ ਟਿਕੇ ਰਹਿਣਾ ਹੈ